ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਾਲ ਅੱਜ ਆਈ ਹੈ, ਜਿਸ ਦੇ ਵਿੱਚ ਕੋਵਿਡ-19 ਵੈਕਸੀਨ ਨੂੰ ਲੈ ਕੇ ਗੱਲਬਾਤ ਹੋਈ ਹੈ ਅਤੇ ਨਾਲ ਹੀ ਕਲਾਈਮੇਟ ਚੇਂਜ ਅਤੇ ਗਲੋਬਲ ਇਕਨੋਮਿਕ ਰਿਕਵਰੀ ਸੰਬੰਧੀ ਜਿਹੜੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਕਿਤੇ ਵੀ ਟਵੀਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਸਹੀ ਗੱਲ ਕੀ ਹੈ ਅਤੇ ਕਿਸ ਮੁੱਦੇ ਦੇ ਉੱਤੇ ਹੋਰ ਗੱਲਬਾਤ ਹੋਈ ਹੈ। ਇਹ ਸਹੀ ਗੱਲ ਸਾਹਮਣੇ ਜ਼ਰੂਰ ਆ ਗਈ ਹੈ। ਭਾਰਤ ਵਿਦੇਸ਼ ਮੰਤਰਾਲੇ ਤੋਂ ਆਈ ਰਿਪੋਰਟ ਵੀ ਇਹੀ ਗੱਲ ਦੁਹਰਾ ਰਹੀ ਹੈ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਪਰ ਸਹੀ ਮਾਇਨਿਆਂ ਦੇ ਵਿੱਚ ਟਰੂਡੋ ਨੇ ਅੱਜ ਆਪਣੀ ਬਰੀਫਿੰਗ ਦੌਰਾਨ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕੈਨੇਡਾ ਅਤੇ ਭਾਰਤ ਕੋਵਿਡ-19 ਵਿਰੁੱਧ ਭਾਈਵਾਲ ਵਜੋਂ ਕੰਮ ਕਰ ਰਹੇ ਨੇ, ਪਰ ਉਹਨਾਂ ਮੋਦੀ ਦੇ ਨਾਲ ਗੱਲ ਕਰਨ ਦੀ ਕੋਈ ਯੋਜਨਾ ਦਾ ਜ਼ਿਕਰ ਨਹੀਂ ਕੀਤਾ। ਦਰਅਸਲ ਮੋਦੀ ਅਤੇ ਟਰੂਡੋ ਦਾ ਰਿਸ਼ਤਾ ਆਪਸ ਦੇ ਵਿੱਚ ਤਣਾਅ ਵਾਲਾ ਹੈ, ਖਾਸ ਕਰਕੇ ਟਰੂਡੋ ਦੀ 2018 ਦੀ ਜਦੋਂ ਪਰੇਸ਼ਾਨੀ ਭਰੀ ਯਾਤਰਾ ਰਹੀ ਭਾਰਤ ਦੀ ਉਦੋਂ ਤੋਂ। ਹਾਲ ਹੀ ਦੇ ਵਿੱਚ ਪਾਸ ਕੀਤੇ ਗਏ 3 ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਹੋ ਰਹੇ ਪ੍ਰਦਰਸ਼ਨਾਂ ਦੀ ਟਰੂਡੋ ਦੇ ਵੱਲੋਂ ਹਮਾਇਤ ਕਰਨ 'ਤੇ ਵੀ ਜਿਹੜੀ ਹੈ ਤਣਾਅਬਾਜ਼ੀ ਆਪਸ ਦੇ ਵਿੱਚ ਚੱਲ ਰਹੀ ਹੈ। ਸੋ ਮੋਦੀ ਸਾਹਿਬ ਆਪਣੇ ਟਵੀਟ 'ਤੇ ਵੀ ਗਲਤ ਜਾਣਕਾਰੀ ਜਿਹੜੀ ਹੈ ਮੁਹੱਈਆ ਕਰ ਰਹੇ ਨੇ, ਕਿਉਂਕਿ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਜੇ ਗੱਲ ਹੋਈ ਹੈ ਤਾਂ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਵੀ ਹੋਈ ਹੈ, ਕਿਉਂਕਿ ਟਰੂਡੋ ਦਫ਼ਤਰ ਤੋਂ ਪੜ੍ਹੇ ਗਏ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦੋਵਾਂ ਵਿਸ਼ਵ ਨੇਤਾਵਾਂ ਨੇ ਵਿਰੋਧੀ ਪ੍ਰਦਰਸ਼ਨਾਂ 'ਤੇ ਵਿਚਾਰ ਵਟਾਂਦਰੇ ਕੀਤੇ, ਲੋਕਤੰਤਰ ਸਿਧਾਂਤਾਂ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਉੱਤੇ ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਸੁਲਝਾਉਣ ਸੰਬੰਧੀ ਜਿਹੜੀ ਗੱਲਬਾਤ ਹੋਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।